ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਇਹ ਜਾ ਰਿਹਾ ਕਿ ਇੱਕ ਵੀਰ ਕਚਹਿਰੀਆਂ ਦੇ ਵਿੱਚ ਰਜਿਸਟਰੀ ਕਰਵਾਉਣ ਆਇਆ, ਲੇਕਿਨ ਉਸ ਦੇ ਹੱਥ ਵਿੱਚ ਫੜਿਆ ਹੋਇਆ ਬੈਗ ਜਿਸ ਦੇ ਵਿੱਚ 3 ਲੱਖ ਰੁਪਏ ਦੀ ਰਾਸ਼ੀ ਸੀ, ਲੇਕਿਨ ਉਹ ਬੈਗ ਬਾਂਦਰ ਦੇ ਹੱਥ ਆ ਗਿਆ। ਬਾਂਦਰ ਦੇ ਹੱਥ ਆ ਗਿਆ ਤਾਂ ਬਾਂਦਰ ਬੈਗ ਲੈ ਕੇ ਦਰਖਤ 'ਤੇ ਚੜ ਗਿਆ, ਅਤੇ ਉਸ ਤੋਂ ਬਾਅਦ ਕੀ ਹੋਇਆ ਆਓ ਵੇਖਦੇ ਹਾਂ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ